ਬਹੁਤ ਹੀ ਮਾੜੀ ਗੱਲ। ਮੈਂ ਪਰਿਵਾਰ ਨੂੰ ਕਿਹਾ ਕਿ ਕਿਸੇ ਕਿਸਮ ਦੀ ਕੋਈ ਮਦਦ ਦੀ ਲੋੜ ਹੋਵੇ ਅਤੇ ਅਸੀਂ ਅਤੇ ਨਾਲ ਹੀ ਸਾਡਾ ਪਰਿਵਾਰ ਆਪਣਾ, ਇਹ ਸਾਡੇ ਪਿੰਡ ਆ, ਸਾਡੇ ਪਰਿਵਾਰ ਆਪਣਾ, ਪਰ ਇੱਦਾਂ ਦੀ ਕਦੀ ਨਾ ਹੋਵੇ, ਕਿਸੇ ਦੇ ਘਰ 'ਚ ਨਾ ਹੋਵੇ, ਜੋ ਹੋਈ ਬਹੁਤ ਮਾੜੀ ਗੱਲ। ਮੈਂ ਦੇਖੋ, ਮੈਨੂੰ, ਮੈਂ ਤਾਂ ਉਹਨੂੰ ਮਿਲਿਆ ਨਹੀਂ ਬੇਚਾਰੇ ਨੂੰ, ਪਰ ਬਿਨਾਂ ਪ੍ਰੂਫ ਤੋਂ ਕਿਸੇ ਨੂੰ ਕਹਿ ਦੇਣਾ ਨਸ਼ੇ ਦਾ ਆਦੀ ਹੈ, ਮੇਰੇ ਖਿਆਲ ਇਹ ਚੰਗੀ ਗੱਲ ਨਹੀਂ ਗੀ। ਚਾਹੇ ਨਸ਼ੇ ਦਾ ਆਦੀ ਸੀ ਚਾਹੇ ਨਹੀਂ, ਪਰ ਜਿਹੜੀ ਵਾਰਦਾਤ ਹੋਈ ਹੈ ਬਹੁਤ ਮਾੜੀ, ਮੈਨੂੰ ਇਸ ਗੱਲ ਦਾ ਪਤਾ ਨਹੀਂ। ਪਰ ਜੇ ਉਹਦੇ ਹੱਥੋਂ ਜੋ ਕੁਝ ਹੋਇਆ, ਸ਼ਾਇਦ ਮਾਂ ਸਾਨੂੰ ਜਨਮ ਦਿੰਦੀ ਹੈ, ਮਾਂ ਸਾਨੂੰ ਪਾਲਦੀ ਹੈ, ਪੋਸਦੀ ਹੈ, ਵੱਡਿਆ ਕਰਦੀ ਹੈ, ਅਤੇ ਜੇ ਮਾਂ ਦਾ ਪੁੱਤ ਇੱਥੋਂ ਕਤਲ ਹੁੰਦਾ ਤਾਂ ਇਹਦੋਂ ਵੱਡੀ ਦੁਖਦਾਈ ਗੱਲ ਕੀ ਹੋ ਸਕਦੀ। ਬਹੁਤ ਹੀ ਮਾੜੀ ਗੱਲ। ਮੈਂ ਪਰਿਵਾਰ ਨੂੰ ਕਿਹਾ ਕਿ ਕਿਸੇ ਕਿਸਮ ਦੀ ਕੋਈ ਮਦਦ ਦੀ ਲੋੜ ਹੋਵੇ ਅਤੇ ਅਸੀਂ ਅਤੇ ਨਾਲ ਹੀ ਸਾਡਾ ਪਰਿਵਾਰ ਆਪਣਾ, ਇਹ ਸਾਡੇ ਪਿੰਡ ਆ, ਸਾਡੇ ਪਰਿਵਾਰ ਆਪਣਾ, ਪਰ ਇੱਦਾਂ ਦੀ ਕਦੀ ਨਾ ਹੋਵੇ, ਕਿਸੇ ਦੇ ਘਰ 'ਚ ਨਾ ਹੋਵੇ, ਜੋ ਹੋਈ ਬਹੁਤ ਮਾੜੀ ਗੱਲ। ਮੈਂ ਦੇਖੋ, ਮੈਨੂੰ, ਮੈਂ ਤਾਂ ਉਹਨੂੰ ਮਿਲਿਆ ਨਹੀਂ ਬੇਚਾਰੇ ਨੂੰ, ਪਰ ਬਿਨਾਂ ਪ੍ਰੂਫ ਤੋਂ ਕਿਸੇ ਨੂੰ ਕਹਿ ਦੇਣਾ ਨਸ਼ੇ ਦਾ ਆਦੀ ਹੈ, ਮੇਰੇ ਖਿਆਲ ਇਹ ਚੰਗੀ ਗੱਲ ਨਹੀਂ ਗੀ। ਚਾਹੇ ਨਸ਼ੇ ਦਾ ਆਦੀ ਸੀ ਚਾਹੇ ਨਹੀਂ, ਪਰ ਜਿਹੜੀ ਵਾਰਦਾਤ ਹੋਈ ਹੈ ਬਹੁਤ ਮਾੜੀ, ਮੈਨੂੰ ਇਸ ਗੱਲ ਦਾ ਪਤਾ ਨਹੀਂ। ਪਰ ਜੇ ਉਹਦੇ ਹੱਥੋਂ ਜੋ ਕੁਝ ਹੋਇਆ, ਸ਼ਾਇਦ ਮਾਂ ਸਾਨੂੰ ਜਨਮ ਦਿੰਦੀ ਹੈ, ਮਾਂ ਸਾਨੂੰ ਪਾਲਦੀ ਹੈ, ਪੋਸਦੀ ਹੈ, ਵੱਡਿਆ ਕਰਦੀ ਹੈ, ਅਤੇ ਜੇ ਮਾਂ ਦਾ ਪੁੱਤ ਇੱਥੋਂ ਕਤਲ ਹੁੰਦਾ ਤਾਂ ਇਹਦੋਂ ਵੱਡੀ ਦੁਖਦਾਈ ਗੱਲ ਕੀ ਹੋ ਸਕਦੀ। ਬਹੁਤ ਹੀ ਮਾੜੀ ਗੱਲ। ਮੈਂ ਪਰਿਵਾਰ ਨੂੰ ਕਿਹਾ ਕਿ ਕਿਸੇ ਕਿਸਮ ਦੀ ਕੋਈ ਮਦਦ ਦੀ ਲੋੜ ਹੋਵੇ ਅਤੇ ਅਸੀਂ ਅਤੇ ਨਾਲ ਹੀ ਸਾਡਾ ਪਰਿਵਾਰ ਆਪਣਾ, ਇਹ ਸਾਡੇ ਪਿੰਡ ਆ, ਸਾਡੇ ਪਰਿਵਾਰ ਆਪਣਾ, ਪਰ ਇੱਦਾਂ ਦੀ ਕਦੀ ਨਾ ਹੋਵੇ, ਕਿਸੇ ਦੇ ਘਰ 'ਚ ਨਾ ਹੋਵੇ, ਜੋ ਹੋਈ ਬਹੁਤ ਮਾੜੀ ਗੱਲ। ਮੈਂ ਦੇਖੋ, ਮੈਨੂੰ, ਮੈਂ ਤਾਂ ਉਹਨੂੰ ਮਿਲਿਆ ਨਹੀਂ ਬੇਚਾਰੇ ਨੂੰ, ਪਰ ਬਿਨਾਂ ਪ੍ਰੂਫ ਤੋਂ ਕਿਸੇ ਨੂੰ ਕਹਿ ਦੇਣਾ ਨਸ਼ੇ ਦਾ ਆਦੀ ਹੈ, ਮੇਰੇ ਖਿਆਲ ਇਹ ਚੰਗੀ ਗੱਲ ਨਹੀਂ ਗੀ। ਚਾਹੇ ਨਸ਼ੇ ਦਾ ਆਦੀ ਸੀ ਚਾਹੇ ਨਹੀਂ, ਪਰ ਜਿਹੜੀ ਵਾਰਦਾਤ ਹੋਈ ਹੈ ਬਹੁਤ ਮਾੜੀ, ਮੈਨੂੰ ਇਸ ਗੱਲ ਦਾ ਪਤਾ ਨਹੀਂ। ਪਰ ਜੇ ਉਹਦੇ ਹੱਥੋਂ ਜੋ ਕੁਝ ਹੋਇਆ, ਸ਼ਾਇਦ ਮਾਂ ਸਾਨੂੰ ਜਨਮ ਦਿੰਦੀ ਹੈ, ਮਾਂ ਸਾਨੂੰ ਪਾਲਦੀ ਹੈ, ਪੋਸਦੀ ਹੈ, ਵੱਡਿਆ ਕਰਦੀ ਹੈ, ਅਤੇ ਜੇ ਮਾਂ ਦਾ ਪੁੱਤ ਇੱਥੋਂ ਕਤਲ ਹੁੰਦਾ ਤਾਂ ਇਹਦੋਂ ਵੱਡੀ ਦੁਖਦਾਈ ਗੱਲ ਕੀ ਹੋ ਸਕਦੀ। ਬਹੁਤ ਹੀ ਮਾੜੀ ਗੱਲ। ਮੈਂ ਪਰਿਵਾਰ ਨੂੰ ਕਿਹਾ ਕਿ ਕਿਸੇ ਕਿਸਮ ਦੀ ਕੋਈ ਮਦਦ ਦੀ ਲੋੜ ਹੋਵੇ ਅਤੇ ਅਸੀਂ ਅਤੇ ਨਾਲ ਹੀ ਸਾਡਾ ਪਰਿਵਾਰ ਆਪਣਾ, ਇਹ ਸਾਡੇ ਪਿੰਡ ਆ, ਸਾਡੇ ਪਰਿਵਾਰ ਆਪਣਾ, ਪਰ ਇੱਦਾਂ ਦੀ ਕਦੀ ਨਾ ਹੋਵੇ, ਕਿਸੇ ਦੇ ਘਰ 'ਚ ਨਾ ਹੋਵੇ, ਜੋ ਹੋਈ ਬਹੁਤ ਮਾੜੀ ਗੱਲ। ਮੈਂ ਦੇਖੋ, ਮੈਨੂੰ, ਮੈਂ ਤਾਂ ਉਹਨੂੰ ਮਿਲਿਆ ਨਹੀਂ ਬੇਚਾਰੇ ਨੂੰ, ਪਰ ਬਿਨਾਂ ਪ੍ਰੂਫ ਤੋਂ ਕਿਸੇ ਨੂੰ ਕਹਿ ਦੇਣਾ ਨਸ਼ੇ ਦਾ ਆਦੀ ਹੈ, ਮੇਰੇ ਖਿਆਲ ਇਹ ਚੰਗੀ ਗੱਲ ਨਹੀਂ ਗੀ। ਚਾਹੇ ਨਸ਼ੇ ਦਾ ਆਦੀ ਸੀ ਚਾਹੇ ਨਹੀਂ, ਪਰ ਜਿਹੜੀ ਵਾਰਦਾਤ ਹੋਈ ਹੈ ਬਹੁਤ ਮਾੜੀ, ਮੈਨੂੰ ਇਸ ਗੱਲ ਦਾ ਪਤਾ ਨਹੀਂ। ਪਰ ਜੇ ਉਹਦੇ ਹੱਥੋਂ ਜੋ ਕੁਝ ਹੋਇਆ, ਸ਼ਾਇਦ ਮਾਂ ਸਾਨੂੰ ਜਨਮ ਦਿੰਦੀ ਹੈ, ਮਾਂ ਸਾਨੂੰ ਪਾਲਦੀ ਹੈ, ਪੋਸਦੀ ਹੈ, ਵੱਡਿਆ ਕਰਦੀ ਹੈ, ਅਤੇ ਜੇ ਮਾਂ ਦਾ ਪੁੱਤ ਇੱਥੋਂ ਕਤਲ ਹੁੰਦਾ ਤਾਂ ਇਹਦੋਂ ਵੱਡੀ ਦੁਖਦਾਈ ਗੱਲ ਕੀ ਹੋ ਸਕਦੀ।